ਸਤਨਾਮ ਵਾਹਿਗੁਰੂ, 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 ਸਤਨਾਮ ਜੋ ਬੱਚਿਆਂ ਨੇ ਕੀਤਾ ਸਹੀ ਕੀਤਾ, ਬਿਲਕੁਲ ਉਹਨਾਂ ਨੇ ਸਹੀ ਕੀਤਾ, ਕੋਈ ਉਹਨਾਂ ਨੇ ਗਲਤ ਨਹੀਂ ਕੀਤਾ, ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਗਲਤ ਰੂਪ ਦਿੱਤਾ ਗਿਆ। ਜੋ ਨੌਜਵਾਨਾਂ ਨੇ ਕੀਤਾ ਉਹ ਸਹੀ ਕੀਤਾ, ਉਹਨਾਂ ਨੇ ਵਾਰ ਵਾਰ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ, ਮੰਗ ਪੱਤਰ 'ਤੇ ਅਮਲ ਨਹੀਂ ਕੀਤਾ ਗਿਆ, ਇਸ ਕਰਕੇ ਉਹਨਾਂ ਦੇ ਮਨ ਵਿੱਚ ਗਿਲਾ ਸ਼ਿਕਵਾ ਸੀ। ਉਹਨਾਂ ਨੇ ਬੁੱਤ ਢਾਉਣ ਦਾ ਜੋ ਕੰਮ ਕੀਤਾ ਉਹਨਾਂ ਨੇ ਗਲਤ ਨਹੀਂ ਕੀਤਾ, ਉਹਨਾਂ ਨੇ ਸਹੀ ਕੀਤਾ। ਜੋ 307 ਧਾਰਾ ਲਾਈ ਆ ਉਹ ਜਾਇਜ਼ ਕਿ ਬਿਲਕੁਲ ਨਹੀਂ, ਬਿਲਕੁਲ ਉਹ ਜਿਹੜੀ ਧਾਰਾ ਲਾਈ ਆ ਉਹ ਬਿਲਕੁਲ ਗਲਤ ਆ। 307 ਧਾਰਾ ਉਹਨਾਂ ਦੀ ਬਣਦੀ ਨਹੀਂ ਗੀ, ਲਾਉਣੀ ਨਹੀਂ ਚਾਹੀਦੀ, ਉਹਨਾਂ ਨੇ ਗਲਤ ਕੀਤਾ ਜਿਹੜੀ ਧਾਰਾ ਲਾਈ ਹੈ। ਜਥੇਬੰਦੀਆਂ ਸਵੇਰ ਦੀ ਗੱਲਬਾਤ ਕਰ ਰਹੀਆਂ ਆ, ਗੱਲਬਾਤ ਦੇ ਵਿੱਚ ਇਹ ਵੀ ਗੱਲ ਨਿਕਲੀ ਹੈ, ਪੁਲਿਸ ਵਾਲਿਆਂ ਨੇ ਕਿਹਾ ਆ ਕਿ ਇਹ ਟੂਰਿਜ਼ਮ ਵਿਭਾਗ ਜਿਹੜਾ ਆ ਉਹਦਾ ਇਹ ਸਾਰਾ ਸਿਸਟਮ ਆ, ਆਪਾਂ ਟੂਰਿਜ਼ਮ ਵਿਭਾਗ ਨਾਲ ਗੱਲ ਕਿਉਂ ਨਹੀਂ ਕਦੀ ਕਰਦੇ? ਵੇਖੋ, DC ਜਿਹੜੇ ਦਾ ਅਫਸਰ ਹੁੰਦਾ, ਮਾਲਕ ਹੁੰਦਾ ਜੀ, DC ਨੇ ਵਿਸ਼ਵਾਸ ਦਵਾਇਆ ਸੀ ਕਿ ਮੈਂ ਤੁਹਾਡੀ ਡਾਇਰੈਕਟਰ ਸਾਹਿਬ ਦੇ ਨਾਲ ਮੀਟਿੰਗ ਕਰਾਵਾਂਗਾ, ਉਹਨੇ ਸਮਾਂ ਨਹੀਂ ਲੈ ਕੇ ਦਿੱਤਾ, ਮੀਟਿੰਗ ਨਹੀਂ ਹੋ ਸਕੀ। ਇਹ ਤਾਂ ਹੁਣ DC ਸਾਹਿਬ ਜਵਾਬ ਦੇ ਸਕਦੇ ਨੇ ਵੀ ਉਹਨਾਂ ਨੇ ਕਿਉਂ ਨਹੀਂ ਇਹਨਾਂ ਸਿੰਘਾਂ ਦੀ ਮੀਟਿੰਗ ਕਰਾਈ, ਕਿਉਂ ਨਹੀਂ ਕਰਾਈ। ਇਹ ਗਲਤੀ DC ਸਾਹਿਬ ਦੀ ਆ, ਨਾ ਕਿ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਦੀ ਹੈ। ਸਿੰਘ ਸਾਹਿਬ, ਇਹ ਜਿਹੜਾ ਮਸਲਾ ਵਾ, ਆਪਾਂ ਇਸ ਧਰਨੇ ਦੇ ਕੇ ਜਾਂ ਲੋਕ ਲਹਿਰ ਬਣਾ ਕੇ ਕੀ ਉਹਨੂੰ ਉਸ ਤਰ੍ਹਾਂ ਨਹੀਂ ਹੱਲ ਕਰਾ ਸਕਦੇ? ਨਾ ਤਾਂ ਅਸੀਂ ਧਰਨੇ ਦਿੱਤੇ ਅਤੇ ਨਾ ਅਸੀਂ ਲੋਕ ਲਹਿਰ ਬਣਾਈ ਆ, ਅਸੀਂ ਤਾਂ ਧਾਰਮਿਕ ਭਾਵਨਾ, ਜਿਸ ਤਰ੍ਹਾਂ ਗੁਰਮਤਿ ਦਾ ਅਸੂਲ ਆ ਉਸੇ ਅਸੂਲ ਦੇ ਅਨੁਸਾਰ ਇਹਨੂੰ ਸੁਲਝਾਉਣ ਦਾ ਹੀ ਯਤਨ ਕਰਦੇ ਹਾਂ। ਅਸੀਂ ਸਿੱਖ ਜਿਹੜੀਆਂ ਜਥੇਬੰਦੀਆਂ ਨਾ, ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੇ ਜਜ਼ਬਾਤਾਂ 'ਤੇ ਕੰਟਰੋਲ ਕਰਕੇ ਅਮਨ ਸ਼ਾਂਤੀ ਦੇ ਨਾਲ ਚੰਗੇ ਸੋਹਣੇ ਤਰੀਕੇ ਦੇ ਨਾਲ ਹਰ ਇੱਕ ਮਸਲੇ ਦਾ ਹੱਲ ਕਰਦੀਆਂ, ਅਤੇ ਬਾਕੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਜੀ ਉਹ ਵਾਰ ਵਾਰ ਸਿੱਖ ਜਥੇਬੰਦੀਆਂ ਨੂੰ ਬਦਨਾਮ ਕਰਨ ਦਾ ਯਤਨ ਕਰਦੇ, ਉਹਨਾਂ ਦਾ ਆਪਣਾ ਤਰੀਕਾ ਹੁੰਦਾ, ਉਹਨਾਂ ਦਾ ਆਪਣਾ ਕੰਮ ਹੁੰਦਾ, ਸਾਨੂੰ ਗਲਤ ਰੂਪ ਦੇ ਕਰਕੇ ਦੁਨੀਆ ਵਿੱਚ ਪੇਸ਼ ਕੀਤਾ ਜਾਂਦਾ। ਪਰ ਸਿੱਖ ਇਹੋ ਜਿਹੇ ਕਿਰਦਾਰ ਦਾ ਨਹੀਂ ਇਨਸਾਨ ਹੁੰਦਾ ਕਿ ਕਿਸੇ ਦੀਆਂ ਭਾਵਨਾ ਨਾਲ ਖਿਲਵਾੜ ਕਰੇ ਜਾਂ ਵਧੀਕੀ ਕਰੇ, ਨਹੀਂ। ਸਿੱਖ ਹਮੇਸ਼ਾ ਵਾਸਤੇ ਅਮਨ ਅਤੇ ਸ਼ਾਂਤੀ ਦਾ ਹਾਮੀ ਸੀ, ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਪਹਿਰਾ ਦਿੰਦੇ। ਸਿੱਖਾਂ ਦੀ ਬੜੀ ਵੱਡੀ ਜਥੇਬੰਦੀ ਹੈ ਜੋ ਸਾਰਾ ਸਾਡੇ ਧਰਮ ਦਾ ਅਤੇ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਕੋਈ ਤੁਸੀਂ ਸਮਝਦੇ ਇਹਦੇ ਵਿੱਚ ਜ਼ਿੰਮੇਵਾਰੀ ਹੈਗੀ ਕਿ ਨਹੀਂ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ, ਉਹ ਮੇਰੇ ਦੱਸਣ ਦੀ ਜ਼ਰੂਰਤ ਨਹੀਂ, ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲ ਕਮੇਟੀ ਆ, ਜੇ ਬਾਦਲ ਪਰਿਵਾਰ ਦੀ ਕਮੇਟੀ ਆ, ਇਹ RSS ਦੀ ਕਮੇਟੀ ਆ। ਜੇਕਰ ਸਿੱਖਾਂ ਦੀ ਨੁਮਾਇੰਦਾ ਜਮਾਤ ਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ, ਸਾਨੂੰ ਫਿਰ ਇਹਨਾਂ ਮੁਸੀਬਤਾਂ ਦਾ, ਇਹਨਾਂ ਮੁਸ਼ਕਲਾਂ ਦਾ ਕਦੇ ਮੂੰਹ ਨਹੀਂ ਸੀ ਵੇਖਣਾ ਪੈਂਦਾ। ਇਸ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਬਾਦਲ ਪਰਿਵਾਰ ਦੀ ਕਮੇਟੀ ਆ, ਸਿੱਖਾਂ ਦੀ ਕਮੇਟੀ ਨਹੀਂ। ਹੁਣ ਤੋਂ ਉਹਦਾ ਸ਼੍ਰੋਮਣੀ ਕਮੇਟੀ ਨਾਂ ਰਹਿ ਗਿਆ ਜੀ, ਅਸੂਲਣ ਤੌਰ 'ਤੇ ਉਹ ਬਾਦਲ ਕਮੇਟੀ ਆ ਜੀ। ਸਿੰਘ ਸਾਹਿਬ, ਜੇ ਆਪਣੇ ਅੱਜ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੁੰਦਾ, ਆਪਣਾ ਅਗਲਾ ਸਟੈਪ ਕੀ ਹੋਊਗਾ? ਵੇਖੋ, ਇਹ ਹੁਣ ਸਾਨੂੰ ਅਗਲੇ